ਨੂੰ ਕਹਾਂਗਾ ਕਿ ਉਹ ਕਾਂਗਰਸੀ ਬਣੇ, ਕਾਂਗਰਸ ਦਾ ਕਲਚਰ ਅਡਾਪਟ ਕਰੇ। ਕਾਂਗਰਸ ਬਹੁਤ ਡਿਸਿਪਲਿਨਡ ਪਾਰਟੀ ਆ। ਜੇ ਉਹਨੂੰ ਪਹਿਲੀ ਗੱਲ ਤਾਂ ਕਾਂਗਰਸ ਆ ਕੇ ਉਹਨੂੰ ਸੇਵਾ ਕਰਨੀ ਚਾਹੀਦੀ ਸੀ, ਪਰ ਜੇ ਉਸਨੂੰ ਜਲਦੀ ਜਲਦੀ ਕੁਛ ਮਿਲ ਗਿਆ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਉਰੇ ਲੋਕਾਂ ਨੂੰ ਉਹ ਆਪਣੇ ਗਨਮੈਨ ਲੈ ਕੇ ਦਾਬੇ ਮਾਰੇ, ਜਾਂ ਉਰੇ ਹੁਣ ਮੈਂ ਉਹਦੀਆਂ ਸੱਟੇ ਦੀਆਂ ਦੁਕਾਨਾਂ ਦਾ ਖਿਲਾਣਾ ਰਿਹਾ, ਜਾਂ ਲੋਕਾਂ ਦੇ ਪਲਾਟਾਂ 'ਤੇ ਉਹਨੂੰ ਕਹਿ ਦਾਂਗਾ ਕਿ ਤੂੰ ਕਬਜ਼ੇ ਕਰ ਲੈ। ਇਹ ਗੱਲ ਮੇਰੀ ਤਾਂ ਡਾਇਰੀ 'ਚ ਹੈ ਨਹੀਂ, ਨਾ ਮੈਂ ਰਾਜਪੁਰੇ 'ਚ ਇਹ ਗੱਲ ਹੋਣ ਦੇਣੀ ਹੈ। ਮੈਂ ਤੁਹਾਨੂੰ ਦੱਸਾਂ, ਬਾਕੀ ਮੈਂ ਸਸਤੀ ਚੀਪ ਪਬਲਿਸਿਟੀ 'ਚ ਨਹੀਂ ਪੈਂਦਾ, ਪਰ ਮੈਂ ਤਾਂ ਇੰਨਾ ਕੀ ਕਹਿਣਾ ਹੈਗਾ, ਪਰ ਜੇ ਉਹਨੇ ਕਿਸੇ ਵੀ ਮੇਰੇ ਵਰਕਰ ਨੂੰ ਜਾਂ ਕਿਸੇ ਨੂੰ ਹੋਰ ਧਮਕੀ ਦੇਣ ਦੀ ਕੋਸ਼ਿਸ਼ ਕੀਤੀ, ਮੇਰਾ ਨਾਂ ਹਰਦਿਆਲ ਸਿੰਘ ਆ, ਇੰਨਾ ਕੁ ਮੈਂ ਉਹਨੂੰ ਸੁਨੇਹਾ ਦੇਣਾ ਚਾਹੁੰਦਾ। ਅਤੇ ਮੈਂ ਬਹੁਤ ਆਪਣੀ ਜ਼ਿੰਦਗੀ 'ਚ ਲੜਾਈਆਂ ਲੜੀਆਂ ਹੈਗੀਆਂ, ਨਾ ਮੈਂ ਇਹਨਾਂ ਗੱਲਾਂ ਤੋਂ ਮੈਂ ਡਰਦਾ। ਪਹਿਲਾਂ ਜੇ ਅਕਾਲੀ ਦਲ ਦੀ ਪਿੱਠ 'ਚ ਛੁਰਾ ਮਾਰ ਕੇ ਆਇਆ, ਅਤੇ ਜੇ ਹੁਣ ਉਹ ਉਰੇ ਲੋਕਾਂ ਦੀ ਪਿੱਠ 'ਚ ਛੁਰਾ ਮਾਰਿਆ, ਜੇ ਹੁਣ ਇਹੋ ਜਿਹੀ ਗੱਲ ਉਹ ਹੈਗਾ, ਉਰੇ ਤਾਂ ਮੈਂ ਬਰਦਾਸ਼ਤ ਨਹੀਂ ਕਰਦਾ। ਅਸੀਂ ਤਾਂ ਕੰਮ ਕਰਨ ਵਾਲੇ ਬੰਦੇ ਹਾਂ, ਮੈਂ ਇਲਾਕੇ ਦਾ ਕੰਮ ਕਰਨਾ, ਮੈਂ ਇਹਨਾਂ ਗੱਲਾਂ 'ਚ ਪੈਣਾ ਨਹੀਂ ਹੈਗਾ। ਸਰ ਇਹ ਬਾਰ ਇੰਨੀ ਗੱਲ ਕਰਨੀ, ਸਰ ਇੱਕ ਵਾਰ ਵਾਰ ਕਹਿੰਦਾ ਵੀ ਬਹੁਲਪੁਰੀ ਮਹਾਂਸੰਘ ਸਾਡਾ ਅਸੀਂ ਬਣਾਇਆ, ਸਾਡੇ ਪਿੱਛੇ ਹੈ, ਸਰ ਇਹਦਾ ਕੀ? ਦੇਖੋ, ਇਹ ਮੈਂ ਇਹਨਾਂ ਇਸ ਚੱਕਰ 'ਚ ਨਹੀਂ ਪੈਣਾ ਹੈਗਾ, ਜੋ ਕਿਸੇ ਦੇ ਬਾਰੇ ਨਹੀਂ ਕਹਿਣਾ ਹੈਗਾ। ਮੈਂ ਤਾਂ ਸਾਰਿਆਂ ਦਾ ਬਹੁਤ ਰਿਸਪੈਕਟ ਕਰਦਾ, ਅਤੇ ਚਾਹੇ ਕੋਈ ਵੀ ਕਿਸੇ ਬਰਾਦਰੀ ਦੇ ਬੰਦੇ ਹੈਗੇ ਆ, ਮੈਂ ਸਾਰਿਆਂ ਦੇ ਬਹੁਤ ਸਤਿਕਾਰ ਕਰਦਾ, ਅਤੇ ਕੋਈ ਕਿਸੇ ਦੀ ਜੇਬ 'ਚ ਨਹੀਂ ਪਾਏ ਹੁੰਦੇ ਹੈਗੇ। ਅਤੇ ਮੈਂ ਤਾਂ ਪਹਿਲਾਂ, ਮੈਨੂੰ ਬੜਾ ਵੱਡਾ ਸਨਮਾਨ ਮਿਲਿਆ ਜਦ ਇਹ ਆਜ਼ਾਦ ਲੜ ਰਿਹਾ ਸੀਗਾ, ਤਾਂ ਵੀ ਮੈਂ ਇੱਥੋਂ ਬਹੁਤ ਵਧੀਆ ਵੋਟ 'ਤੇ ਮੈਂ ਜਿੱਤ ਕੇ ਆਇਆ, ਅਤੇ ਇਸ ਕਰਕੇ ਮੇਰੇ ਲੋਕ ਆ, ਮੈਂ ਇਹਨਾਂ ਨੂੰ ਪਿਆਰ ਕਰਨਾ ਹੀ ਕਰਨਾ, ਔਰ ਮੈਂ ਇਲਾਕੇ ਦੀ ਸੇਵਾ ਕਰਨੀ ਕਰਨੀ। ਸਰ ਜੀ ਕਹਿੰਦੇ ਕੱਲ੍ਹ ਸਟੇਜ ਦੇ ਉੱਪਰ ਮੈਨੂੰ ਚੜ੍ਹਨ ਦਿੱਤਾ ਹੈਗਾ ਜੀ। ਸਟੇਜ ਕਾਂਗਰਸ ਦੇ ਵਰਕਰਾਂ ਨੇ ਇਕੱਠ ਕੀਤਾ, ਇਹ ਆ ਕੇ ਜੇ ਧੱਕੇ ਮਾਰ ਕੇ ਗਨਮੈਨਾਂ ਦੇ ਰਾਹੀਂ ਉੱਥੇ ਆ ਕੇ ਦਾਦਾਗਿਰੀ ਕਰੇਗਾ, ਕੌਣ ਬਰਦਾਸ਼ਤ ਕਰ ਲੇਗਾ? ਕੋਈ ਨਹੀਂ ਬਰਦਾਸ਼ਤ ਕਰਦਾ, ਨਾ ਇੱਦਾਂ ਦੀ ਹੋਣੀ ਹੈ। ਮੈਂ ਤੁਹਾਨੂੰ ਦੱਸਾਂ, ਮੈਂ ਪਹਿਲਾਂ ਕਹਿਦਾ ਵੀ ਕਾਂਗਰਸੀ ਬਣੇ ਪਹਿਲਾਂ ਉਹ, ਕਾਂਗਰਸ ਦਾ ਕਲਚਰ ਅਡਾਪਟ ਕਰੇ, ਉਹ ਤੋਂ ਬਾਅਦ ਫਿਰ ਗੱਲ ਕਰਾਂਗੇ। ਠੀਕ ਹੈ।